ਤਸਵੀਰਾਂ ਨੇ ਜਿਹੜੀਆਂ ਤਾਂ ਉਹ ਭਵਾਨੀਗੜ੍ਹ ਦੀਆਂ ਦਿਖਾ ਰਿਹਾ, ਜਿੱਥੇ ਪੀਆਰਟੀਸੀ ਦੇ ਬੱਸ ਡਰਾਈਵਰ ਤੇ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ। ਤਾਂ ਜਾਣਕਾਰੀ ਦਿੱਤੀ ਗਈ ਹੈ ਕਿ ਡਰਾਈਵਰ ਦੇ ਵੱਲੋਂ ਬੱਸ ਕ੍ਰਾਸ ਕੀਤੀ ਜਾ ਰਹੀ ਸੀ ਤਾਂ ਅੱਗੇ ਇੱਕ ਮੋਟਰਸਾਈਕਲ ਆ ਜਾਂਦਾ ਹੈ, ਹੰਪ ਦੇ ਕਾਰਨ ਜਿਹੜਾ ਇਹ ਸਾਰਾ ਮਾਮਲਾ ਹੁੰਦਾ। ਤਾਂ ਬੱਸ ਡਰਾਈਵਰ ਦੇ ਵੱਲੋਂ ਮੋਟਰਸਾਈਕਲ ਨੂੰ ਬਚਾਇਆ ਜਾਂਦਾ ਤੇ ਜਦੋਂ ਬੱਸ ਰੋਕ ਕੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਨੌਜਵਾਨਾਂ ਦੇ ਵੱਲੋਂ ਡਰਾਈਵਰ ਦੇ ਉੱਤੇ ਹਮਲਾ ਕੀਤਾ ਜਾਂਦਾ। ਤਾਂ ਜਿਸ ਤੋਂ ਬਾਅਦ ਜਦੋਂ ਕਨੈਕਟਰ ਛਡਾਉਣ ਜਾਂਦਾ ਤਾਂ ਉਹਦੇ ਤੇ ਵੀ ਹਮਲਾ ਕੀਤਾ ਜਾਂਦਾ। ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਤਾਂ ਜਿਹੜਾ ਬੱਸ ਡਰਾਈਵਰ ਨੂੰ ਮੌਕੇ ਤੇ SSF ਦੀ ਟੀਮ ਦੇ ਵੱਲੋਂ ਪਹੁੰਚ ਕੇ ਹਸਪਤਾਲ ਲਿਜਾਇਆ ਜਾਂਦਾ। ਤਾਂ ਜਿਹੜੀਆਂ ਸੱਟਾਂ ਨੇ ਤਾਂ ਉਹ ਵੀ ਬੜੀਆਂ ਗੰਭੀਰ ਦੱਸੀਆਂ ਜਾ ਰਹੀਆਂ ਨੇ। ਤਾਂ ਜਿਹੜਾ ਮਾਮਲਾ ਭਵਾਨੀਗੜ੍ਹ ਰੋਸ਼ਨ ਵਾਲਾ ਕੋਲ ਦੱਸਿਆ ਜਾ ਰਿਹਾ, ਤਾਂ ਦੇਖ ਸਕਦੇ ਹੋ ਕਿਸ ਤਰੀਕੇ ਜਦੋਂ ਹਾਦਸਾ ਹੁੰਦਾ ਤਾਂ ਸਵਾਰੀਆਂ ਨੂੰ ਜਿਹੜਾ ਦੂਸਰੀ ਬੱਸ ਦੇ ਵਿੱਚ ਵੀ ਚੜਾਇਆ ਜਾਂਦਾ। ਤਾਂ ਕਨੈਕਟਰ ਦੇ ਵੱਲੋਂ ਤਾਂ ਮੌਕੇ ਤੇ ਜਿਹੜਾ ਮਾਮਲਾ ਹੁੰਦਾ ਤਾਂ ਇੱਕ ਬੱਸ ਦੇ ਵਿੱਚ ਬੈਠੇ ਸਵਾਰੀ ਦੇ ਵੱਲੋਂ ਵੀਡੀਓ ਵੀ ਬਣਾਈ ਜਾਂਦੀ ਹੈ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਹਮਲਾ ਵੀ ਕੀਤਾ ਜਾਂਦਾ। ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀ ਸਵਾਰੀਆਂ ਦੀ ਖੱਜਲ ਖੁਆਰੀ ਵੀ ਹੋ ਰਹੀ ਹੈ, ਤਾਂ ਜਿਹੜਾ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ, ਜਿਹੜਾ ਡਰਾਈਵਰ ਤੇ ਸੱਟਾਂ ਮਾਰੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ SSF ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਰੈਫਰ ਕਰਵਾਇਆ ਜਾਂਦਾ ਹੈ। ਤਾਂ ਦੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ, ਤਾਂ ਕੀ ਗੱਲਬਾਤ ਹੋਈ ਹੈ ਤੁਹਾਨੂੰ ਉੱਥੇ ਲੈ ਚੱਲਦੇ ਹਾਂ। ਅਸੀਂ ਸੰਗਰੂਰ ਤੋਂ ਪਟਿਆਲੇ ਨੂੰ ਗੱਡੀ ਭਰ ਕੇ ਜਾ ਰਹੀ ਸੀ, ਆਪਣੇ ਪਿੱਛੋਂ ਬੈਕ ਸਾਈਡ ਤੋਂ ਬਾਈਕ ਆਈ ਇੱਕ, ਉੱਥੇ ਦੋ ਮੁੰਡੇ ਨੌਜਵਾਨ ਸਵਾਰ ਸੀ ਅਤੇ ਉਹਨਾਂ ਨੇ ਅੱਗੇ ਆਪਣੇ ਹੰਪ ਦੇ ਉੱਤੇ ਮੋਟਰਸਾਈਕਲ ਆਪਣੇ ਅੱਗੇ ਕਰਤਾ, ਡਰਾਈਵਰ ਨੇ ਕੱਟ ਮਾਰ ਕੇ ਉਹ ਮੁੰਡੇ ਨੂੰ ਬਚਾਇਆ ਸਗੋਂ ਜੀ। ਉੱਥੋਂ ਹੀ ਆਪਣੀ ਬੈਸਬਾਜੀ ਹੁੰਦੀ ਹੈ ਜੀ, ਉਹ ਪਤਾ ਨਹੀਂ ਕਿੱਥੋਂ ਤਿੰਨ ਚਾਰ ਮੁੰਡੇ ਹੋਰ ਨਾਲ ਆਉਂਦੇ, ਕੋਈ ਗੱਲ ਨਹੀਂ ਹੁੰਦਾ, ਡਰਾਈਵਰ ਆਪਣਾ ਉੱਤਰ ਕੇ ਥੱਲੇ ਜਾਂਦਾ ਜੀ, ਬਸ ਜਾਣ ਸਾਰੇ ਉਹਨੂੰ ਮਤਲਬ ਕੁੱਟਣ ਲੱਗ ਜਾਂਦਾ ਜੀ। ਉਸ ਤੋਂ ਬਾਅਦ ਮੈਂ ਜਾਂਦਾ ਜੀ, ਮੈਨੂੰ ਖੜ੍ਹ ਲੈਂਦੇ, ਤਿੰਨ ਚਾਰ ਮੁੰਡੇ ਹੋਰ ਨਾਲ ਆ ਜਾਂਦੇ, ਉਹ ਚਾਰ ਪੰਜ ਜਣੇ ਹੁੰਦੇ, ਇੱਧਰ ਮੈਂ ਇਕੱਲਾ ਹੁੰਦਾ, ਉੱਧਰ ਆਪਣਾ ਡਰਾਈਵਰ ਇਕੱਲਾ ਹੁੰਦਾ ਜੀ, ਅਤੇ ਸਾਡੇ ਦੇਖੇ ਪਤਾ ਨੇ ਉਹਨਾਂ ਕੋਲ ਕੀ, ਇੱਕ ਤਾਂ ਮੋਟੀ ਮੋਟੀ ਕੜੀ ਸੀ ਉਹਨਾਂ ਕੋਲ ਜੀ, ਉਹ ਸਾਡੇ ਮਾਰੇ ਜੀ, ਉਸ ਤੋਂ ਬਾਅਦ ਬਾਹਰ ਸਾਰੇ ਇੱਥੋਂ ਫਰਾਰ ਹੋ ਗਏ ਨੇ ਜੀ ਉਹ। ਤਾਂ ਸੱਟਾਂ ਕਿੰਨੀਆਂ ਕੁ ਜਿਹੜੀਆਂ ਲੱਗੀਆਂ? ਡਰਾਈਵਰ ਦੇ ਸੱਟਾਂ ਜ਼ਿਆਦਾ ਨੇ ਜੀ ਅਤੇ ਮੇਰੇ ਤਾਂ ਕੜੀ ਕੜੇ ਮਾਰੇ ਨੇ ਜੀ। ਤਾਂ ਕਿਵੇਂ ਦੇਖਦੇ ਪੰਜਾਬ ਦੇ ਹਾਲਾਤਾਂ ਨੂੰ? ਤਾਂ ਇਸ ਤਰੀਕੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ, ਆਪਣੀ ਗੱਡੀ ਪੂਰੀ ਭਰ ਕੇ ਆਈ ਸੀ ਜੀ, ਪੂਰੀ ਫੁੱਲ ਸਵਾਰੀ ਭਰੀ ਹੋਈ ਸੀ ਉਹ ਜੀ, ਅਤੇ ਸਵਾਰੀ ਭਰੀ ਹੋਣ ਦੇ ਬਾਵਜੂਦ ਵੀ ਧੱਕੇ ਨਾਲ ਗੁੰਡਾਗਰਦੀ ਕਰਕੇ ਉਹਨਾਂ ਨੇ ਆਪਣੇ ਉੱਤੇ ਮੁੰਡਾ ਲੰਮ ਪਿਆ, ਬਕਾਇਦਾ ਆਪਣੇ ਵੀਡੀਓ ਮੁੰਡੇ ਦੀ ਬਾਹਰ ਲੰਮ ਕੇ ਦੀ ਵੀਰੇ, ਬਾਅਦ ਦੇ ਵਿੱਚ ਆਪਣੇ ਸਪੇਸ ਵੀ ਨਹੀਂ ਸੀਗੀ, ਉਸ ਤੋਂ ਬਾਅਦ ਗੁੰਡਾਗਰਦੀ ਕੀਤੀ, ਸਾਨੂੰ ਮਾਰ ਕੇ ਨਾਲ ਦੇ ਨਾਲ ਚਲੇ ਗਏ ਵੀਰੇ ਤੋਂ। ਹੁਣ ਆਪਣੇ ਸਰਕਾਰੀ ਹੋਸਪਿਟਲ ਦੇ ਵਿੱਚ ਗਏ ਨੇ ਇਲਾਜ ਵਾਸਤੇ ਜੀ, ਕਿਉਂਕਿ ਉਹਨਾਂ ਦੇ ਖੂਨ ਵਗੈਰਾ ਕਾਫੀ ਵਗਿਆ ਜੀ, ਕਾਫੀ ਸੱਟ ਵਗੈਰਾ ਜ਼ਿਆਦਾ ਉਹਨਾਂ ਦੇ। ਕਾਹਦੇ 'ਤੇ ਲੈ ਕੇ ਗਏ ਨੇ ਉਹਨਾਂ ਨੂੰ? ਉਹ ਆਪਣੇ ਜਿਹੜੇ ਆਪਣੇ ਪੰਜਾਬ ਪੁਲਿਸ SSF ਵਾਲੀ ਗੱਡੀ ਆ ਜੀ, ਉਹ 'ਤੇ ਲੈ ਕੇ ਗਏ ਨੇ ਜੀ। ਮੇਰਾ ਨਾਮ ਜੀ ASI ਜਸਵਿੰਦਰ ਸਿੰਘ। ਜਸਵਿੰਦਰ ਜੀ, ਤੁਹਾਨੂੰ ਇੱਕ ਕਾਲ ਆਈ, ਕੀ ਸਵਾਂਸੀ ਕੀ ਗੱਲ ਹੋਈ? ਸਾਨੂੰ ਕਾਲ ਆਈ ਇੱਕ ਸਾਡੇ SSF ਦੀ ਮੁਲਾਜ਼ਮ ਜੋ ਕਿ ਧੂਰੀ ਰੋਡ 'ਤੇ ਉਹ ਡਿਊਟੀ ਕਰਦੀ ਹੈ, ਉਹ ਬੱਸ ਦੇ ਵਿੱਚ ਮੌਜੂਦ ਸੀ, ਉਹਨੇ ਕਾਲ ਕੀਤੀ ਵੀ ਇੱਦਾਂ ਕਰਕੇ ਸਰ ਆ ਜੋ ਨਵਾਂ ਰੋਡ ਬਣ ਰਿਹਾ ਐਕਸਪ੍ਰੈਸ ਖੱਟੜਾ ਐਕਸਪ੍ਰੈਸ ਦੇ ਨੀਚੇ ਇੱਕ ਬੱਸ ਦੇ ਨਾਲ ਕੋਈ ਅਣਪਛਾਤੇ ਆਹ ਮੋਟਰਸਾਈਕਲ ਵਾਲੇ ਇਹਨੂੰ ਘੇਰ ਕੇ ਮਤਲਬ ਡਰਾਈਵਰ ਨੂੰ ਨਾਲ ਕੁੱਟਮਾਰ ਕਰ ਰਹੇ ਆ, ਵੀ ਜ਼ਿਆਦਾ ਕੁੱਟਮਾਰ ਕਰ ਰਿਹਾ, ਲੋਹ ਲੁਹਾਨ ਹੋ ਰਹੇ ਨੇ, ਵੀ ਤੁਸੀਂ ਜਲਦੀ ਆ ਜਾਓ। ਮੇਰਾ ਅਸੀਂ ਵੀ ਸ਼ਾਇਦ ਪਿੱਛੇ ਸੀ, ਕੋਈ 2-3 ਕਿਲੋਮੀਟਰ ਪਿੱਛੇ ਸੀਗੇ, ਅਸੀਂ ਨਾਲ ਦੀ ਨਾਲ ਉੱਥੇ ਆਏ, ਦੇਖਿਆ ਵੀ ਹਾਂ ਵੀ ਜੋ ਡਰਾਈਵਰ ਸੀਗਾ ਉਹਦਾ ਉਹ ਲੋਹ ਲੁਹਾਨ ਕੁੱਟਮਾਰ ਉਹਦੀ ਹੋਈ ਹੋਈ ਸੀਗੀ, ਅਤੇ ਡਰਾਈਵਰ ਸਾਡਾ ਉਹ ਜੋ ਸੀ ਮੋਟਰਸਾਈਕਲ ਵਾਲੇ ਉਹ ਚਲੇ ਗਏ ਸੀਗੇ, ਪਰ ਅਸੀਂ ਫਿਰ ਉਹ ਡਰਾਈਵਰ ਨੂੰ ਅਸੀਂ ਬਿਠਾਇਆ ਸਾਡੇ ਨਾਲ, ਉਹਨੂੰ ਹਸਪਤਾਲ ਲਿਆਏ, ਉਹਨੂੰ ਫਸਟ ਏਡ ਦਿੱਤੀ, ਨਾਲ ਹੀ ਅਸੀਂ ਉਹਨੂੰ ਆਪਣੇ ਥਾਣਾ ਭਵਾਨੀਗੜ੍ਹ ਦੇ ਮੁਨਸ਼ੀ ਨੂੰ ਸਲਾਹ ਦਿੱਤੀ ਵੀ ਇੱਦਾਂ ਐਂ ਕਰਕੇ ਆਹ ਗੱਲਬਾਤ ਹੋਈ ਹੈ, ਅਤੇ ਉਹ ਡਿਊਟੀ ਅਫਸਰ ਨੂੰ ਦੱਸਣਗੇ, ਉਹ ਕਹਿੰਦਾ ਡਿਊਟੀ ਅਫਸਰ ਆਊਗਾ ਵੀ ਅਸੀਂ ਅਗਲੀ ਕਾਰਵਾਈ ਅਸੀਂ ਕਰਾਂਗੇ, ਬਣਦੀ ਕਾਰਵਾਈ ਉਹਨਾਂ 'ਤੇ ਹੋਊਗੀ। ਡਾਕਟਰ ਹਰਸਿਮਰਨਜੋਤ ਕੌਰ, ਕੀ ਆਵਾਜ਼ ਮੈਂ ਮੈਡੀਕਲ ਅਫਸਰ ਪੋਸਟਡ ਇੱਥੇ ਸੇਲ 'ਚ ਭਵਾਨੀਗੜ੍ਹ 'ਤੇ। ਜੋ ਮੈਂ ਬੱਸ ਚਾਲਕਾਂ ਨਾਲ ਜੋ ਡਰਾਈਵਰ ਨਾਲ ਮਾਸਟਰ ਕੀ ਗੱਲਬਾਤ ਸੀ?
ਸਾਡੇ ਕੋਲ ਜੀ ਇੱਦਾਂ ਕਰਕੇ SSF ਵੱਲੋਂ ਪੇਸ਼ੈਂਟ ਲਿਆਂਦੇ ਗਏ ਨੇ, ਉਹਨਾਂ ਦੁਆਰਾ ਦੱਸਿਆ ਗਿਆ ਕਿ PRTC ਦੇ ਡਰਾਈਵਰ ਸੀਗੇ ਅਤੇ ਇਹਨਾਂ ਨਾਲ ਕੁੱਟਮਾਰ ਹੋਈ ਹੈ ਸਾਡੇ ਕੋਲ, ਅਤੇ ਐਜ਼ ਅ ਪੇਸ਼ੈਂਟ ਲੈ ਕੇ ਆਇਓ। ਹਾਂਜੀ, ਅਤੇ ਠੀਕ ਹੈ, ਸਥਿਤੀ ਉਹਨਾਂ ਦੀ ਠੀਕ ਹੈ। ਹਾਂਜੀ ਠੀਕ ਹੈ, ਜ਼ਿਆਦਾ ਨਹੀਂ ਹੈਗੀਆਂ, ਪਰ ਕੁੱਟਮਾਰ ਕੀਤੀ ਗਈ ਹੈ ਉਹਨਾਂ ਨਾਲ। ਹਾਂਜੀ, ਅਤੇ ਬਾਕੀ ਉਹਨਾਂ ਦੁਆਰਾ ਪਰਚਾ ਕੱਟ ਦਿੱਤਾ ਜਾਏਗਾ ਅਤੇ ਫਿਰ ਅੱਗੇ ਇਹਨਾਂ ਨੂੰ ਉਹਦੇ ਅਗਲੀ ਕਾਰਵਾਈ ਲਈ ਭੇਜਿਆ ਜਾਏਗਾ। ਕੀ ਘਟਨਾ ਹੋਈ ਹੈ ਅਤੇ ਕਿਹੜੇ ਰੋਡਵੇਜ਼ ਬੱਸ ਦੀ ਡਿੱਪੂ ਹੋਈ ਜੀ? ਬੱਸ ਜੀ, ਮੈਂ ਸੰਗਰੂਰ ਤੋਂ ਪਟਿਆਲੇ ਜਾ ਰਿਹਾ ਸੀ, ਰਸਤੇ 'ਚ ਇੱਕ ਕੋਲ ਆਉਂਦਾ ਉੱਥੇ ਸਟੋਪ ਥੋੜ੍ਹੇ ਜਿਹਾ ਹੰਕ ਆਈ, ਉਹਦਾ ਕਰਕੇ ਗੱਡੀ ਹੋ ਗਈ ਦਿੱਤੀ। 870 ਵਿਅਕਤੀਆਂ ਨੇ ਉਹ ਸਾਨੂੰ ਮੂਹਰੇ ਅੱਗੇ ਲੱਗ ਗਏ। ਠੀਕ ਹੈ, ਦੋ ਜਣੇ ਨੇ ਮੈਨੂੰ ਇੱਧਰ ਦੀ ਖਿੱਚਦਾ, ਦੋ ਇੱਧਰ ਦੀ ਕਨੈਕਟ ਕਰੀ। ਸਾਨੂੰ ਇਹਨੂੰ ਪਤਾ ਕੋਲ ਕਿਰਚਾਂ ਸਿੱਖਣੀ ਸੀ, ਕਿਰਚਾਂ ਸਿੱਖ ਮੇਰੇ ਕਿਰਚਾ ਫਰੀ ਉਹ ਮੇਰੇ ਦੇ ਬਾਹਰ ਕੀਤੀ। ਸਰ ਅਗਰ ਗੱਲ ਕਰੀਏ ਕਿ ਘਟਨਾ ਵਾਪਰੀ ਜਾਂ ਕੋਈ ਲੜਾਈ ਝਗੜਾ ਹੋਇਆ ਤੁਹਾਡਾ ਰਸਤੇ 'ਚ, ਕੀ ਚੱਕਰ? ਰਸਤੇ 'ਚ ਮੇਰੇ ਕੋਲ ਸਵਾਰੀ ਘੱਟੋ ਘੱਟ 100 ਪਲੱਸ। ਸਰ ਅਗਰ ਗੱਲ ਕਰੀਏ ਜਿਹੜੀ ਬੰਦਿਆਂ ਨੂੰ ਜਾਣ ਤੋਂ ਜਿਹਨਾਂ ਨੇ ਤੁਹਾਡੇ ਕੰਮ, ਕਾਰਨ ਵੈਸੇ ਕੀ ਰਹੇ ਜੀ ਉਹਨਾਂ ਦੀ ਲੜਾਈ ਹੋਣ ਦੇ? ਸੋਚ ਕਿੰਨੇ ਮੁੰਡੇ ਸੀ ਜਿਹੜੇ ਆਏ ਸੀ? ਦੋ ਮੋਟਰਸਾਈਕਲ ਦੇ ਅਲੱਗ ਦੇਖੇ ਜੀ, ਦੋ ਫਿਰ ਉਹ ਭੱਜ, ਜਦੋਂ ਪੁਲਿਸ ਆਈ ਸੜਕ ਸੁਰੱਖਿਆ ਵਾਲਿਆਂ ਦੀ ਭੱਜਣ 'ਚ ਸਫਲ ਹੋ ਗਈ? ਹਾਂਜੀ ਭੱਜ। ਸਰ ਰੋਡ ਵੱਲ ਵਾਪਸ ਸੜਕ ਸੁਰੱਖਿਆ ਦੇ ਪ੍ਰਬੰਧ ਕਿੰਨੀ ਕੁ ਤੇਜ਼ੀ ਨਾਲ ਗੱਡੀ ਤੁਹਾਡੇ ਲਈ ਪਹੁੰਚੀਆਂ ਅਤੇ ਕਿੰਨਾ ਕੁ? ਮੈਡਮ ਇੱਕ ਨਾ ਸਾਡੇ ਨਾਲ ਪੁਲਿਸ ਸੀਗੇ, ਉਹਨਾਂ ਜਲਦੀ ਫੋਨ ਕੀਤਾ 5 ਮਿੰਟ ਦੇ ਵਿੱਚ।